ਸਾਰਾ
Bye.
Yeah.
Let's go.
Yeah.
Thank you.
ਦਾਨ ਪ੍ਰਹਿ ਦਾਨ ਵਿਵੇਕ ਦਾਨ ਰਸਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਆਪ ਜੀ ਦੀ ਪਾਵਨ ਪੁੱਤਰ ਦੇ ਉੱਤੇ ਸਮੂਹ ਸੰਸਾਰ ਦੀ ਅਰਦਾਸ ਬੇਨਤੀ ਜੋ ਕਿ ਸਤਿਗੁਰੂ ਜੀ ਆਪ ਜੀ ਦਾ ਮੁੱਖ ਵਾਰ ਪੁਰਾਣਾ ਲਾਲ ਨਾਨਕੁਰ ਹੈ ਰੰਗ ਮਤੂਨ ਪੁੱਤੀ ਵਾਰੀ ਆਪ ਆਪਣੀ ਕੋਈ ਨਾ ਬੰਦੇ ਧੀ ਸਗੋਂ ਦੁਆਰ ਪੁਛਾੜ ਕੇ ਬੈਰੂ ਤੁਹਾਰ ਦੁਆਰ ਦੇ ਮਹਾਵਾਨ ਕਾਨ ਸਾਹਿਬ ਸਤਿਗੁਰੂ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਮਾਨ ਸਰਦਾਰ ਬਲਜਿੰਦਰ ਸਿੰਘ ਮਾਤੋ ਦੀ ਯਾਤਰਾ ਕਰਦਿਆਂ ਹੋਇਆਂ ਪਰਲੋਕ ਧਾਰ ਕੇ ਉਹਨਾਂ ਦੀ ਰੂਹ ਆਤਮਾ ਦੀ ਸ਼ਾਂਤੀ ਵਾਸਤੇ ਸਮੂਹ ਪਰਿਵਾਰ ਦੇ ਮਿਲ ਕਰਕੇ ਪਰਸੋਂ ਦੁਆਪਣੇ ਗ੍ਰਹਿ ਵਿਖੇ ਆਪ ਜੀ ਦਾ ਮੂਲ ਆਸਰਾ ਲਿਆ ਆਪ ਜੀ ਦੀ ਮਾਨੋ ਬਾਣੀਆਂ ਦੇ ਸ੍ਰੀ ਆਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਭ ਸਤਿਗੁਰੂ ਜੀ ਅਮਰਤ ਵੇਲੇ ਗੁਰਬਾਣੀਆਂ ਦੇ ਭੋਗ ਪਾਇਆ ਪ੍ਰੰਤ ਆਪ ਜੀ ਦੇ ਵਜੂ ਦੀਵਾਨ ਸਦੇ ਸਜੇ ਹੋਏ ਦੀਵਾਨਾਂ ਦਾ ਗੁਰੂ ਦੀ ਬਾਣੀ ਦਾ ਕੀਰਤਨ ਹੋਇਆ ਸਤਿਗੁਰੂ ਜੀ ਇਸ ਗੁਰਬਾਣੀ ਦਾ ਭਾਵ ਪਿਛੜੀ ਰੂਹ ਆਤਮਾ ਨੂੰ ਬਖਸ਼ਿਤ ਕਰਨਾ ਸਤਿਗੁਰੂ ਜੀ ਸਰਦਾਰ ਬਲਜਿੰਦਰ ਸਿੰਘ ਦੇ ਕੋਲੋਂ ਸੰਸਾਰ ਦੇ ਉੱਤੇ ਵਿਚਰਦਿਆਂ ਹੋਇਆਂ ਜਾਣੇ ਅਣਜਾਣੇ ਹੋਈਆਂ ਫੁੱਲਾਂ ਨੂੰ ਨਾ ਪੁਕਾਰਦਿਆਂ ਹੋਇਆਂ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਦਾ ਨਿਵਾਸ ਬਖਸ਼ਣਾ ਏਡੀਆਂ ਜੁਨਾਂ ਨੂੰ ਬਚਾ ਕੇ ਰੱਖਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਪਰਿਵਾਰ ਦੀਆਂ ਕਿਰਤੀਆਂ ਗੱਲ ਕਰਨੀਆਂ ਪਰਿਵਾਰ ਵਿੱਚ ਤੰਦਰੁਸਤੀਆਂ ਦੇ ਰੂਪਤਾ ਦੇ ਦਾਨ ਕਮਾਈਆਂ ਨੂੰ ਪਰਖਣਾ ਕਾਰੋਬਾਰਾਂ ਨੂੰ ਵਾਧਾ ਤਰੱਕੀਆਂ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਅਨੰਦ ਸਾਹਿਬ ਜੀ ਦੀ ਅਰਦਾਸ ਭੁਲਕਤ ਨੂੰ ਆਪ ਕਰਨੀ ਸਰਬੱਤ ਸੰਗਤ ਦੀ ਹਾਜ਼ਰੀ ਦਿਲੋਂ ਕਰਦੇ ਭੇਟਾ ਪ੍ਰਵਾਨ ਕਰਨੇ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਕਰਾ ਪ੍ਰਚਾਰ ਕੀਤੇ ਘਾਟਗਾ ਦਾ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਾਧ ਸੰਗਤ ਦੇ ਰਸਤੇ ਲਾਇਕ ਹੋਏ ਸਤਿਗੁਰੂ ਜੀ ਕਿਰਪਾ ਕਰੋ ਹੁਕਮਨਾਮੇ ਸੁਣਾ ਕੇ ਜਹਾਜ਼ ਕਰੋ ਹੁਕਮਨਾਮਿਆਂ ਦੇ ਚੱਲਣ ਦੇ ਬਲ ਬਖਸ਼ੋ ਜੋ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਰਾਜੇ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਵੇ ਭਗਵਤ ਇਸ ਪਾਵਨ ਸਰੋਤ ਦੇ ਅੰਦਰ ਸਤਿਗੁਰੂ ਨੇ
जो सानू कलयुगी जीवन नूं संसारी जीवन नूं उपदेश करदे हन क्योंकि कुछ दिन पहला साढ़े सत्कार भूवीर बलजिंदर सिंह जितनी अज उस मालक ने उस परमात्मा ने दिती सी भुगतिया हो पकाल चलाना कर रहे उस परमेश्वर की दरगाह जाप करते हैं अज उन्होंने जाप के अंदर दूसरा पता नहीं आना कि नहीं आना पर वो बहुत आ जाने
एक बहाना बढ़ता है कि आ भाणा वापरिया ते उस बुलाने जीव नूं मौत आ गई। कहिंदे जे मन इक परमात्मा परस्ते दे तुरिया जाणा ते मौत दा फरिश्ता उहनूं मिल गया। सराहनीय वार्ता वल होई ते पुछिया कि तू कौन है। कहिंदे लगा मौत दा फरिश्ता की करदा है। मेरा काम है, मेरी ड्यूटी है, मेरे मालिक ने लाई है ते जिस वाल नूं इशारा कर दिंदा है, जिसका नाम दस दिंदा है ते मैं उस नूं जाके मार लेना, यह मेरा काम है। परमात्मा ने पुछिया कि आज कितने ले आए। कहने लगा एक नगर दे विच मैं एक बच्चे नूं मारना है, उत्थे चलिया। परमात्मा कहने लगा मैनूं वी दस दे तू मारदा किवें, मौत किवें आउंदी है। टिकाणा दस दिंदा। ਕਹਿਣ ਲੱਗਾ ਇਸ ਫਲਾਣੇ ਨਗਰ ਦੇ ਵਿੱਚ ਫਲਾਣਾ ਘਰ ਹੈ, ਉਸ ਘਰ ਦੇ ਵਿੱਚ ਚਲਿਆ ਜਾ, ਤੈਨੂੰ ਆਪੇ ਪਤਾ ਲੱਗ ਜਾਵੇਗਾ। ਇਹਦੇ ਪਰਮਾਤਮਾ ਉਸ ਘਰ ਦੇ ਵਿੱਚ ਚਲਿਆ ਗਿਆ। ਇੱਕ ਬਜ਼ੁਰਗ ਮਾਂ ਚਰਖਾ ਕੱਤਦੀ, ਚਰਖਾ ਤੇ ਚਰਖਾ ਕੱਤਦੀ ਕੱਤਦੀ ਇੱਕ ਉਹਦਾ ਛੋਟਾ ਜਿਹਾ ਬੱਚਾ ਹੈ ਤੇ ਨਾਲ ਉਹ ਬੱਚੇ ਨੂੰ ਫੜਾਉਂਦੀ ਹੈ, ਨਾਲ ਉਹ ਆਪਣਾ ਕੰਮ ਕਰੀ ਜਾਂਦੀ ਹੈ। ਜਿਹੜੀ ਇੱਕ ਛੱਲੀ ਬਣਦੀ ਹੈ ਨਾ ਛੱਲੀ, ਉਹ ਛੱਲੀ ਨੂੰ ਰੇਰ ਦਿੰਦੀ ਹੈ ਤੇ ਬੱਚਾ ਫੇਰ ਫੜ ਕੇ ਲੈ ਆਉਂਦਾ ਹੈ। ਨਾਲੇ ਚਰਖਾ ਕੱਤੀ ਜਾਂਦੀ ਹੈ, ਨਾਲ ਉਹਦਾ ਬੱਚਾ ਖੇਡਦਾ ਹੈ। ਛੱਲੀ ਸੁੱਟਦੀ ਹੈ, ਬੱਚਾ ਫੇਰ ਫੜ ਕੇ ਲਿਆਉਂਦਾ ਹੈ, ਸੁੱਟਦੀ ਹੈ ਫੇਰ ਫੜ ਕੇ ਲਿਆਉਂਦਾ ਹੈ। ਇਹ ਪਰਮਾਤਮਾ ਬੜਾ ਝਪੇਟਾ ਵੇਖਦਾ ਰਿਹਾ ਕਿ ਮੌਤ ਦਾ ਫਰਿਸ਼ਤਾ ਆਉਂਦਾ ਸੀ, ਮੈਂ ਉਸ ਬੰਦੇ ਨੂੰ ਮਾਰ ਲੈਣਾ ਤੇ ਕਿੰਨਾ ਦੇਰ ਹੋ ਗਿਆ ਮੈਨੂੰ ਬੈਠੇ ਨੂੰ ਅਜੇ ਤੱਕ ਆਇਆ ਹੀ ਨਹੀਂ, ਤੂੰ ਗੱਲ ਮੰਨ ਰਹੀ ਨਹੀਂ। ਆਪਣੀ ਮਾਂ ਦੇ ਕੋਲ ਆਉਣਗੇ ਤੇ ਮਾਂ ਨੂੰ ਪੁੱਛਣਗੇ, ਮਾਂ ਦੱਸ
ਸਾਡਾ ਪਿਓ ਕਿੱਥੇ ਗਿਆ, ਮਾਂ ਕੀ ਦੱਸੇਗੀ ਕਿੱਥੇ ਗਿਆ, ਕਿਉਂਕਿ ਮਾਂ ਨੂੰ ਕੀ ਪਤਾ ਹੈ, ਉਹ ਬੱਚੇ ਹੈ ਨਾ ਛੋਟੇ ਛੋਟੇ, ਬਸ ਤੇ ਨਾ ਮਾਂ ਪਿਓ ਦੇ ਹੈ, ਨਾ ਘਰਵਾਲੀ ਦੇ, ਨਾ ਬੱਚਿਆਂ ਦੀ ਹੈ, ਇਹਦੇ ਭਾਣਾ ਹੈ ਉਸ ਮਾਲਕ ਦਾ, ਤੇ ਭਾਣਾ ਹੀ ਅੱਖ ਅਸਹਿ। ਜਿਸ ਦਿਨ ਉਹਨੇ ਚੜ੍ਹਾਈ ਕੀਤੀ ਤੇ ਸਾਡੇ ਸਰਕਾਰ ਜੀ ਨੂੰ ਬਾਪ ਜੀ ਉਹਦੇ ਪਿਤਾ ਜੀ ਇਹ ਗੱਲ ਲੱਗਦੇ ਸਨ ਕਿ ਕਿਤੇ ਮੈਂ ਮਰ ਜਾਂਦਾ, ਮੈਨੂੰ ਮੌਤ ਆ ਜਾਂਦੀ ਕਿ ਮੇਰਾ ਪੁੱਤਰ ਮਰ ਗਿਆ, ਹੁੰਦਾ ਨਾ ਇਹੋ ਜਿਹਾ ਭਾਣਾ ਵਾਪਰਦਾ ਕਿ ਉਹਦੀ ਜਗ੍ਹਾ ਤੇ ਮੈਂ ਮਰ ਜਾਂਦਾ, ਕਿਵੇਂ ਮਰ ਜਾਂਦਾ, ਆ ਜਿਹੜਾ ਦੁੱਖ ਸੀ ਇਹ ਕਿਵੇਂ ਵੇਖਣਾ ਹੈ ਕਿ ਛੋਟੇ ਛੋਟੇ ਬਾਲਕ ਛੋਟੇ ਛੋਟੇ ਬੱਚੇ ਜਦੋਂ ਬਾਬੇ ਦੀ ਬਾਪੂ ਦੀ ਗੋਦੀ ਜਾਣ ਕੇ ਬਹਿਣਗੇ ਤੇ ਬਾਪੂ ਦਾ ਦਿਲ ਪੁੱਛਿਆ ਜਾਣਦਾ ਕਿ ਮੈਂ ਇਹਨਾਂ ਬੱਚਿਆਂ ਨੂੰ ਕਿਵੇਂ ਦਿਲਾਸਾ ਦੇਵਾਂ। ਉਹ ਮਾਂ ਬੈਠੀ ਹੈ ਪਿੱਛੇ, ਮਾਂ ਕਿਵੇਂ ਦਿਲਾਸਾ ਦੇ ਦੇਵੇਗੀ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਕਿ ਮੇਰੇ ਪੁੱਤਰਿਆਂ ਦਾ ਪਿਤਾ ਦਰਸਾਇਆ ਅੱਜ ਇਹਨਾਂ ਦੇ ਸਿਰ ਤੋਂ ਉੱਠ ਗਿਆ ਹੈ, ਕਿਉਂਕਿ ਕੋਈ ਕੁਝ ਨਹੀਂ ਕਰ ਸਕਦਾ, ਕਿਉਂਕਿ ਉਹ ਪਰਮਾਤਮਾ ਉਹਦੇ ਵਾਸੀ ਹੈ ਸਾਰਾ ਕੁਝ, ਤੇ ਅਸੀਂ ਆਸਰਾ ਲੈਣ ਵਾਸਤੇ ਸਤਿਗੁਰੂ ਦੀ ਰਾਹ ਉੱਤੇ ਆਸਰਾ ਲੈਂਦੇ ਹਾਂ, ਕਿਉਂਕਿ ਗੁਰੂ ਹੀ ਪ੍ਰਵਾਸ ਦੇਣ ਵਾਲਾ ਹੈ, ਗੁਰੂ ਤੋਂ ਬਗੈਰ ਕੋਈ ਪ੍ਰਵਾਸ ਨਹੀਂ ਦੇ ਸਕਦਾ। ਇਸੇ ਕਰਕੇ ਸਿੱਖਾਂ ਨੂੰ ਇਹ ਸਤਿਗੁਰਾਂ ਨੇ ਉਪਦੇਸ਼ ਕਰਦਾ ਸਿੱਖਾ, ਸੁੱਖ ਦਾ ਸਮਾਂ ਹੋਵੇ ਤਾਂ ਵੀ ਗੁਰੂ ਦਾ ਆਸਰਾ ਲਵੀ, ਜੇਕਰ ਦੁੱਖ ਦਾ ਸਮਾਂ ਬਣ ਜਾਵੇ, ਭੀੜ ਦਾ ਸਮਾਂ ਬਣ ਜਾਵੇ, ਤੇ ਫਿਰ ਵੀ ਇਹਦਾ ਆਸਰਾ ਲਵੀ, ਇਹ ਤੇਰੇ ਉੱਤੇ ਕਿਰਪਾ ਕਰੇਗਾ, ਇਹ ਮੇਰੇ ਪ੍ਰਯਾਸ ਕਰੇਗਾ ਤੇ ਤੇਰਾ ਦੁੱਖ ਮੇਰੇ ਉੱਤਰ ਦੇਵੇਗਾ। ਕਿਉਂਕਿ ਅਸੀਂ ਉਸ ਵਿਦਵਾਨ ਨੂੰ ਤੇ ਨਹੀਂ ਲਿਆ ਸਕਦੇ, ਬੋਲ ਨਹੀਂ ਸਕਦੇ, ਪਰ ਤੁਸੀਂ ਜਿਤਨੇ ਵੀ ਆਏ ਹੋ ਨਾ, ਕੋਈ ਰਿਸ਼ਤੇਦਾਰ ਹੈ, ਕੋਈ ਭੈਣ ਭਰਾ ਹੈ, ਉਸ ਵੀਰ ਦੇ ਸੱਜਣ ਮਿੱਤਰ ਆਏ ਹੈ, ਇਹ ਤੁਹਾਡੇ ਆਉਣ ਦੇ ਨਾਲ ਇਹ ਸਾਡਾ ਜਿਹੜਾ ਦੁੱਖ ਹੈ ਨਾ ਦੁੱਖ ਇਹ ਘਟਿਆ ਹੈ। ਕਿਉਂਕਿ ਸਿਆਣੇ ਕਹਿੰਦੇ ਜਦੋਂ ਖੁਸ਼ੀ ਦਾ ਸਮਾਂ ਹੋਵੇ ਤੇ ਲੋਕ ਕੌਣ ਰਿਸ਼ਤੇਦਾਰ ਸੱਜਣ ਮਿੱਤਰ ਭੈਣ ਭਰਾ ਆਉਣ ਤੇ ਖੁਸ਼ੀ ਵੱਧਦੀ ਹੈ, ਤੇ ਜੇ ਦੁੱਖ ਦੇ ਸਮੇਂ ਦੇ ਵਿੱਚ ਆਉਣ ਤੇ ਦੁੱਖ ਘਟ ਹੁੰਦਾ ਹੈ। ਤੁਹਾਡਾ ਇੱਥੇ ਆਇਆ ਜੀ ਆਇਆ ਧੰਨਵਾਦ ਹੈ। ਸੋ ਮੈਂ ਦੁੱਖ ਮਿੰਟ ਵਾਸਤੇ ਬੇਨਤੀ ਕਰੂੰਗਾ ਕਿ ਸਾਡੇ ਸਰਕਾਰ ਗੁਰੂ ਵਿਰਿੰਦਰ ਸਿੰਘ ਜੀ ਕੌਣੀ ਪ੍ਰਧਾਨ ਇਸ ਗੁਰਦੁਆਰਾ ਸਾਹਿਬ ਦੇ, ਉਹ ਦੁੱਖ ਮਿੰਟ ਵਾਸਤੇ ਉਸ ਵੀਰ ਨੂੰ ਸੰਤਾਂ ਦੇ ਕਰਨਗੇ। ਉਹਨਾਂ ਤੋਂ ਬਾਅਦ ਸਾਡੇ ਸਰਕਾਰ ਗੁਰੂ ਪਰਮਜੀਤ ਸਿੰਘ ਸਿੱਖੀ ਵਿਧਾਇਕ ਹਲਕਾ ਸਰੂਰ ਸਾਹਿਬ ਉਹ ਵੀ ਆਏ ਇਸ ਪਰਿਵਾਰ ਦੇ ਨਾਲ ਪਿਆਰ ਰੱਖਦੇ ਹੈ, ਉਹ ਸਰਦਾ ਦੇ ਕੋਲ ਭੇਟ ਕਰਨਗੇ। ਵਿਰਿੰਦਰ ਸਿੰਘ ਜੀ ਕੌਣੀ ਪ੍ਰਧਾਨ ਗੁਰਦੁਆਰਾ ਬਹੁਤ ਹੀ ਕਦੀ ਉਹਨੇ
नौकरी करता से क्या नौकरी पीछे तो सारी लाइन में क्या करते गए जो ड्राइवर थी के बोले से तो मैं क्या वही कार मार गया वही है अगर कोई पार्टी देना समय अपना सेवा का भी कोई कह रहा है मतलब कभी भी बात करते हैं कोई महसूस नहीं सीखी था कि ये रहा कि कोई कहते कोई बार समय तो कोई थे साथ में पढ़ने के बाद में तभी आपने अगर दास पे भी कर दिए जितना था कि वह सीमा दस के इस बात पर बैठा पार और बुला माफ़ कर मुझे बताया तो तब जाता है किस तरह को नाम बताया जाता पर इन्होंने छोटी मन के ना बात ना जावे परमात्मा के सामान बेट जावे और उत्तर समान अब हमारे दास ने की करी उतना प्राण कर दिया तब परमात्मा के प्रेम की के बाद से मर्चा करता कर इस एक बार बताने को प्राण से जावे मैं आई हूँ इसके बाद नगर वालों इंडिया के वालों को दर्द करने के लिए बहुत धन्यवाद करता हूँ तेरे लिए तो श्री को ले लाल बेटी करो कैसे जाने हैं जाने के लिए मेरे प्राण आज तो कोई भी तेरा तेरे मुमाफ करके उन अपने तेरा मुमाफ धनवास हो शिव ये दाव लगो जिला तो आ गया गया उन पानी में तेरा कल हो शिव वो देव जाने मोरी का जाने तेरा मुमाफ का रामों को ताले सारे को पानी में कल हो शिव दिन है तेरा अपने बलों नदों बलों दर्द रहे के लिए बलों शोभित करने बलों प्रातः के बलों तारे मुस्तफा को देखकर तारे करने वाहि मैं मार दे पड़े बड़ा दुख हुआ ये मेरे फानी पड़े हैं मैं गुरु मार दे के गांधे पे पंडित जी का दे हम पटा गया पंडित जी का मैं एक प्रभाव में ना मेरा बहुत ज्यादा प्यार ये बच्चे मेरे अपनी पड़े हैं कई बच्चे मेरे ज्ञानी जन्म दिया तो जवान हुए मैं अस्पताल बनाया तुम इधर बैठे आते हैं ना मैं पंच दिन मुझे प्यारे पड़े लगते हैं ये लिख लेंगे ना ये सीखा पड़े हैं मेरे मेरा मान खराब हो रहा ਉਹ ਅੰਗਲਾ ਇਹ ਛੁੱਟੇ ਮੈਂ ਦੇਨੇ ਦੀ ਮਾਤਾ ਜਿਹੜੀ ਆ ਤਾਂ ਰੁਕ ਦਿੱਤੀ ਤੇ ਮੂੰਹ ਗਲਾਸ ਦੁੱਧ ਦਾ ਰਾਤ ਵੀ ਪੀ ਕੇ ਫਿਰ ਨੋ ਲੈਂਦੇ ਆ ਇਹਨਾਂ ਮਾਂ ਪਿਓ ਨੇ ਨਾ ਮੈਂ ਪਿਆਰ ਕੀਤਾ ਮੈਂ ਤੇ ਜ਼ਿਆਦਾ ਨਹੀਂ ਬੋਲਦਾ ਮੈਂ ਜਾਣਾ ਮਾਂ ਪਿਓ ਦੇ ਹੁੰਦਿਆਂ ਬੱਚੇ ਨੂੰ ਜਾਣਾ ਨਹੀਂ ਚਾਹੀਦਾ ਪਰਮਾਤਮਾ ਨੂੰ ਮਾਂ ਪਿਓ ਦੇ ਹੁੰਦਿਆਂ ਬੱਚੇ ਹੋਣਾ ਨਹੀਂ ਚਾਹੀਦਾ ਅੱਜ ਇਹਨਾਂ ਨੂੰ ਪਤਾ ਜਾਂ ਜਿਹਨਾਂ ਦੇ ਬੱਚੇ ਹੋਏ ਨੇ ਉਹਨਾਂ ਨੂੰ ਪਤਾ ਜਿੰਨਾ ਬੱਚਿਆਂ ਦਾ ਦਰਦ ਹੁੰਦਾ ਜਿੰਨਾ ਦੁੱਖ ਹੁੰਦਾ ਇਹਦੇ ਇਹ ਜਾਣਦੇ ਜਾਂ ਪਰਮੇਸ਼ਰ ਜਾਣਦਾ ਬਾਕੀ ਜਦੋਂ ਪਰਮੇਸ਼ਰ ਨਾਰਾਜ਼ ਹੁੰਦਾ ਉਦੋਂ ਇਹ ਜਾਂ ਫਿਰ ਕਰਵਾਈਆਂ ਕੋਈ ਨਾ ਕੋਈ ਜ਼ਰੂਰੀ ਗੱਲ ਹੋ ਜਾਂਦੀ ਹੈ ਅਤੇ ਕੋਈ ਸੜਕ ਲੱਗਦੀ ਹੈ ਕੋਈ ਕਮਾਈ ਕਰਦਾ ਭੱਠੇ ਚਲਾਉਂਦਾ ਸਾਈਕਲ ਚਲਾਉਂਦਾ ਫੇਲ ਹੋ ਜਾਂਦਾ ਉਹਨੂੰ ਰਾਹ ਨਹੀਂ ਠੀਕ ਨਾ ਫੇਰ ਕੋਈ ਨਹੀਂ ਕਾਮਯਾਬ ਹੋਊਗਾ ਪਰ ਇਹ ਵੀ ਜਿਹੜੀ ਹੈ ਗੁਜ਼ਰ ਜਾਂਦੀ ਹੈ ਇਹਦਾ ਕੋਈ ਵੀ ਹੱਲ ਨਹੀਂ ਹੈਗਾ ਕੋਈ ਰਾਤ ਜਿਹੜੇ ਨੂੰ ਜੋ ਮਰਜ਼ੀ ਕਰ ਲਓ ਇਹਦਾ ਕੋਈ ਹੱਲ ਨਹੀਂ ਹੈਗਾ ਮੈਂ ਪਰਿਵਾਰ ਨੂੰ ਇਹ ਗੱਲ ਕਹੂੰਗਾ ਕਿ ਮਾਂ ਦਾ ਘਰ ਬੜਾ ਵੱਡਾ ਇਹ ਦਾਦੀ ਵੀ ਮੈਂ ਤੁਹਾਨੂੰ ਇੱਕ ਸੰਤ ਬੇਟੀ ਹੈ ਗੁਰਮੇਲ ਮੰਨ ਕੇ ਕਹਾਣੀ ਸੁਣਾਉਣਾ ਮੈਂ ਜਦੋਂ ਫੇਲ ਹੋ ਗਿਆ ਜ਼ਮੀਨ ਮੈਂ ਮੇਰੇ ਲਈ ਸਭ ਕੁਝ ਵੇਚ ਲਿਆ ਇੱਦਾਂ ਜ਼ਮੀਨ ਲੱਭੀ ਤੇ ਮੈਂ ਮਹਾਰਾਜ ਸਰੋਵਰ ਨੂੰ ਚੂੜਾ ਲਾ ਗਏ ਤੇ ਆ ਕੇ ਮਹਾਰਾਜ ਨੂੰ ਆਖਿਆ ਮਹਾਰਾਜ ਮੈਂ ਕਿਹੜੇ ਦਾਦੇ ਨੂੰ ਜਾਣਾ ਮੈਂ ਤੇਰੇ ਦਾਦੇ ਆ ਮੇਰੇ ਧੀ ਪਾਵੇ ਇੱਦਾਂ ਇਹ ਦਾਤ ਜਿਹੜੀ ਹੈ ਮਨ ਵੀ ਖੇਤੀ ਲੈਂਦਾ ਮੈਂ ਇਹ ਸੜਕ ਤੇ ਗਿਆ ਤੇ ਮੈਨੂੰ ਫੋਨ ਆ ਗਿਆ 6000 ਦਾ ਚੈੱਕ ਲੱਗਾ ਉਦੋਂ 6000 ਹੁਣ 6000 ਦੇ ਦਾਤ ਪਰ ਦਾ ਮਤਲਬ ਇਹ ਮੈਂ ਇੱਕ ਮਹਾਨਤਾ ਦਿੱਤੀ ਆ ਵੀ ਇੰਨਾ ਵੱਡਾ ਜਿਹੜੀ ਮਹਾਨਤਾ ਵਾ ਜੋ ਮੰਗੋ ਉਹ ਮਿਲਦਾ ਇਹ ਦਾਨੀ ਕਰਮਾਂ ਦੇ ਜਿਹੜੇ ਇਹਨਾਂ ਦੇ ਤੇ ਦਾਤ ਕੇ ਆ ਕੇ ਬੈਠੇ ਆ ਇਹਨਾਂ ਦੀ ਇਨਕਾਰ ਕਰਦੇ ਆ ਮੇਰੇ ਉੱਠ ਕੇ ਇਨਕਾਰ ਹੁੰਦੀ ਆ ਬਾਕੀ ਮੈਂ ਪਰਿਵਾਰ ਨੂੰ ਆਖੂੰਗਾ ਆਈ ਸੰਗਤ ਆ ਇਹਨਾਂ ਦਾ ਧੰਨਵਾਦ ਕਰ
ਸ਼ੀਸ਼ਾ ਆ ਗਿਆ, ਸਾਰੇ ਜਾਣੇ ਆ, ਮਾਨਟੋਣੀ ਵਾਲੇ ਆ, ਬਜੁਰਗੀਏ ਵਾਲੇ ਆ, ਸਾਰੇ ਆਏ ਆ, ਧਿਆਨ ਸਾਹਿਬ ਆਏ ਆ, ਪਿਆਰੇ ਸਾਹਿਬ ਵੀ ਆਏ ਆ, ਸਾਰੇ ਆਏ ਆ। ਮੈਂ ਸਾਰਿਆਂ ਨੂੰ ਧੰਨਵਾਦ ਕਰਦਾ। ਬਾਕੀ ਮੈਂ ਪਰਿਵਾਰ ਨੂੰ ਆਖਾਂ ਜੋ ਉਹਦਾ ਭਾਣ ਮੰਨਣ ਦਾ ਪਰ ਪੁੱਛੇ ਅਤੇ ਸੰਤੋਖ ਰਹਿਣ, ਇਹ ਆਪਾਂ ਮੰਨਣ। ਵਾਹਿਗੁਰੂ ਜੀ ਦਾ ਸਤਿਕਾਰ ਅੱਜ ਅਸੀਂ ਬਹੁਤ ਹੀ ਦੁੱਖ ਦਾਇਕ ਘੜੀ ਵਿੱਚ
ਪਰਿਵਾਰ ਦੀ ਗੱਲ ਕਰੀਏ ਤਾਂ ਜ਼ਿੰਮੇਵਾਰੀਆਂ
सिर्फ ते सिर्फ चंगी सिखाई तेरे माँ बाप की चंगी से तू लेके चले दरवाजा आसमान मोहन प्रदाता का। और खास करके मैं कह रहा इस प्यार ने मैनू भी खोया। मेरा ख्याल है कि जो मैं इन्हीं गल कह कि मैनू दो बारियां पहले बनाने लाए परिवार है तो ये कोई झूठ नहीं हो। इन्होंने बहुत ज्यादा बड़ा मेरे सिर के उत्ते हाथ रखा। Yeah.